ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਨਾਸਰ ਢਿੱਲੋਂ। ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਕਾਰ ਸਾਂਝਾਂ ਨੂੰ ਲੱਭਦੇ ਲੱਭਦੇ ਅੱਜ ਅਸੀਂ ਪਹੁੰਚੇ ਹਾਂ ਪਿੰਡ 140 ਗਾਂਵ ਬੇ ਸਰਦਾਰਕੋਟ, ਤਹਿਸੀਲ ਸਮੁੰਦਰੀ, ਡਿਸਟ੍ਰਿਕਟ ਲਾਇਲਪੁਰ। ਇਹ ਪਿੰਡ ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ। ਤੇਜਾ ਸਿੰਘ 20 ਫਰਵਰੀ 1882 ਪਿੰਡ ਰਾਇਕਾ ਬੁਰਜ ਤਰਨ ਤਾਰਾਂ ਵਿੱਚ ਪੈਦਾ ਹੋਏ। ਉਹਨਾਂ ਦੇ ਵਟਕੇ 1990-92 ਦੇ ਈਰਾ ਵਿੱਚ, ਜਦੋਂ ਅੰਗਰੇਜ਼ ਨੇ ਬਾਰ ਵਸਾਈ ਨਵੀਆਂ ਕਲੋਨੀਆਂ ਡਿਵੈਲਪ ਕੀਤੀਆਂ, ਉਦੋਂ ਉਹ ਤਰਨ ਤਾਰਾਂ ਤੋਂ ਲਾਇਲਪੁਰ ਆ ਗਏ ਅਤੇ ਇੱਥੇ ਆ ਕੇ ਖੇਤੀਬਾੜੀ ਦੇ ਨਾਲ ਮੁਨਸਲਿਕ ਹੋ ਗਏ। ਤੇਜਾ ਸਿੰਘ ਸਮੁੰਦਰੀ ਦੇ ਵਾਲਦ ਦੇਵਾ ਸਿੰਘ ਕਿਉਂਕਿ ਰਿਟਾਇਰਡ ਆਰਮੀ ਪਰਸਨ ਸਨ। ਜਦੋਂ ਤੇਜਾ ਸਿੰਘ ਨੇ ਥੋੜ੍ਹੀ ਹੋਸ਼ ਸੰਭਾਲੀ, ਉਹਨਾਂ ਨੇ ਆਪਣੇ ਵਾਲਦ ਦੇ ਨਕਸ਼ੇ ਕਦਮ ਚੱਲਦਿਆਂ ਹੋਇਆਂ 22 ਕਿਊਲਰੀ ਦਫਤਾਰ ਆਰਮੀ ਵਿੱਚ ਭਰਤੀ ਹੋ ਗਏ ਅਤੇ 3.5 ਸਾਲ ਆਰਮੀ ਵਿੱਚ ਸਰਵ ਕੀਤਾ। ਅਤੇ ਉਸ ਤੋਂ ਬਾਅਦ ਪਿੰਡ 140 ਗਾਫ ਵਿਆਸੀ ਪਿੰਡ ਵਾਪਸ ਆ ਗਏ। ਇੱਥੇ ਆ ਕੇ ਉਹਨਾਂ ਆਪਣੇ ਆਪ ਨੂੰ ਪੰਥ ਦੀ ਸੇਵਾ ਲਈ ਵਕਫ ਕਰ ਦਿੱਤਾ। ਇਸੇ ਦੌਰਾਨ ਉਹ ਚੀਫ ਖਾਲਸਾ ਦੀਵਾਨ ਦੇ ਮੈਂਬਰ ਬਣੇ। ਤੇਜਾ ਸਿੰਘ ਨੇ ਆਪਣੇ ਇਲਾਕੇ ਸਮੁੰਦਰੀ ਵਿੱਚ ਇੱਕ ਬਹੁਤ ਵੱਡੀ ਤਨਜ਼ੀਮ ਖਾਲਸਾ ਦੀਵਾਨ ਬਾਰ ਦੀ ਨੀਂਹ ਰੱਖੀ। ਇਹ ਤਨਜ਼ੀਮ ਬੱਚਿਆਂ ਦੀ ਤਲੀਮ ਬਾਰੇ ਵੱਧ ਚੜ੍ਹ ਕੇ ਕੰਮ ਕਰਨ ਲੱਗ ਗਈ। ਇਸੇ ਦੌਰਾਨ ਤੇਜਾ ਸਿੰਘ ਸਮੁੰਦਰੀ ਨੇ 2 ਸਕੂਲ ਬਣਾਏ। ਇੱਕ ਸਕੂਲ ਜੋ ਤੁਸੀਂ ਆਪਣੀ TV ਸਕਰੀਨ 'ਤੇ ਵੇਖ ਰਹੇ ਹੋ, ਆਪਣੇ ਪਿੰਡ 140 ਗਾਫ ਦੇ ਸਰਦਾਰਕੋਟ ਬਣਾਇਆ, ਜੋ ਉਸ ਟਾਈਮ ਪਿੰਡ ਦੇ ਵਿਚਕਾਰ ਗੁਰਦੁਆਰੇ ਦੀ ਬਿਲਡਿੰਗ ਦੇ ਨਾਲ ਸੀ, ਜੋ ਹੁਣ ਸ਼ਿਫਟ ਹੋ ਕੇ ਪਿੰਡ ਦੀ ਇੱਕ ਨੁੱਕਰ 'ਤੇ ਆ ਗਿਆ ਹੈ। ਦੂਜਾ ਸਕੂਲ ਪਿੰਡ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ ਬਣਾਇਆ, ਜਿਸ ਤੋਂ ਬਾਅਦ ਉਹਨਾਂ ਨੂੰ ਮਾਸਟਰ ਤੇਜਾ ਸਿੰਘ ਦੇ ਨਾਮ ਤੋਂ ਜਾਣਿਆ ਜਾਣ ਲੱਗ ਪਿਆ। ਮਾਸਟਰ ਤੇਜਕ ਸਿੰਘ ਸਮੁੰਦਰੀ ਨੇ ਇਸੇ ਦੌਰਾਨ ਅਕਾਲੀ ਮੂਵਮੈਂਟ ਵਿੱਚ ਆਪਣਾ ਇੰਟਰਸਟ ਲੈਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਅਖਬਾਰ ਕੱਢਣਾ ਸ਼ੁਰੂ ਕਰ ਦਿੱਤਾ, ਜਿਹਦਾ ਨਾਂ ਅਕਾਲੀ ਨਿਊਜ਼ ਪੇਪਰ ਸੀ। 1921 ਸਾਕਾ ਨਨਕਾਣਾ ਸਾਹਿਬ ਦੇ ਵਾਕਿਆ ਤੋਂ ਬਾਅਦ ਉਹਨਾਂ ਗੁਰਦੁਆਰਾ ਨਨਕਾਣਾ ਸਾਹਿਬ ਦਾ ਐਡਮਿਨਿਸਟ੍ਰੇਟਰ ਬਣਾ ਦਿੱਤਾ ਗਿਆ। ਤੇਜਾ ਸਿੰਘ ਨੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਹ ਰੱਖੀ ਅਤੇ ਵਾਈਸ ਪ੍ਰੈਜ਼ੀਡੈਂਟ ਕਾਂਗਰਸ ਕਮੇਟੀ ਵੀ ਰਹੇ। 13 ਅਕਤੂਬਰ 1925 ਵਿੱਚ ਉਹਨਾਂ ਨੂੰ ਜੈਟੂ ਮੋਰਚਾ ਦੇ ਨਾਲ ਕਨੈਕਸ਼ਨ ਦੀ ਵਜ੍ਹਾ ਨਾਲ ਗ੍ਰਿਫਤਾਰ ਕਰ ਲਿਆ ਗਿਆ। ਨਾਲ ਦੀ ਨਾਲ ਦੱਸਦਾ ਜਾਵਾਂਗੇ, ਗੋਲਡਨ ਟੈਂਪਲ ਅੰਮ੍ਰਿਤਸਰ ਦੇ ਵਿੱਚ ਇੱਕ ਹਾਲ, ਜਿਹੜਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਜਿਹਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ, ਅੱਜ ਵੀ ਕਾਇਮ ਉਦਾਇਮ ਹੈ। 1984 ਵਿੱਚ ਕਾਂਗਰਸ ਸਰਕਾਰ ਨੇ ਇਕਤਦਾਰ ਦੇ ਨਸ਼ੇ ਵਿੱਚ ਤੁੱਤ ਇੱਕ ਆਪਰੇਸ਼ਨ ਬਿਲੂ ਸਟਾਰ ਕੀਤਾ। ਇਸ ਹਾਲ 'ਤੇ ਅੱਜ ਵੀ ਗੋਲੀਆਂ ਅਤੇ ਲਾਂਚਰਸ ਦੇ ਨਿਸ਼ਾਨਾਤ ਨੂੰ ਵੇਖਿਆ ਜਾ ਸਕਦਾ ਹੈ। ਇਹਨਾਂ ਨਿਸ਼ਾਨਾਤ ਨੂੰ ਪ੍ਰੀਜ਼ਰਵ ਕੀਤਾ ਗਿਆ ਹੈ ਤਾਂ ਕਿ ਜੋ ਸਰਕਾਰ ਦੇ ਜ਼ੁਲਮ ਓ ਜ਼ਿਆਦਤੀ ਦੀ ਗਵਾਹੀ ਭਰਦੇ ਨੇ। ਆਓ ਚੱਲਦੇ ਹਾਂ, ਤੁਹਾਨੂੰ ਵਿਖਾਉਂਦੇ ਹਾਂ ਉਹ ਪਿੰਡ, ਗਲੀਆਂ, ਮੁਹੱਲੇ ਜਿੱਥੇ ਤੇਜਾ ਸਿੰਘ ਸਮੁੰਦਰੀ ਨੇ ਆਪਣਾ ਬਚਪਨ ਬਿਤਾਇਆ। ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ, ਉਹਨਾਂ ਦਾ ਰਹਿਣ ਸਹਿਣ ਕਿਵੇਂ ਸੀ, ਅਤੇ ਸਾਰੇ ਦੋਸਤਾਂ ਅੱਗੇ ਰਿਕੁਐਸਟ ਆ ਕਿ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਸੀਂ ਅੱਜ ਪੰਜਾਬੀ ਵੇਵਜ਼ ਟੀਮ ਪਹੁੰਚੀ ਆ ਪਿੰਡ 140 ਗਾਫ ਦੇ ਸਮੁੰਦਰੀ। ਇੱਕ ਪਿਆਰ ਅਤੇ ਮੁਹੱਬਤ ਦਾ ਸੁਨੇਹਾ ਲੈ ਕੇ ਚੜ੍ਹਦੇ ਅਤੇ ਲਹਿੰਦੇ ਪੰਜਾਬੀਆਂ ਵਾਸਤੇ, ਜਦੋਂ ਅਸੀਂ ਹਿਸਟਰੀ ਤਾਰੀਖ ਨੂੰ ਖੋਲਦੇ ਹਾਂ ਅਤੇ ਤਾਰੀਖ ਦੇ ਪੰਨਿਆਂ 'ਤੇ ਇਸ ਪਿੰਡ ਦਾ ਨਾਂ ਜਿਹੜਾ ਉਹ ਵਾਜ਼ੇ ਹਰੂਫ 'ਚ ਲਿਖਿਆ ਹੋਇਆ। ਇਸ ਪਿੰਡ ਨਾਲ ਤਾਲੁਕ ਰੱਖਣ ਵਾਲੇ ਇੱਕ ਬੜੀ ਬਹਾਦਰ ਤੇਜਾ ਸਿੰਘ ਆਫ ਸਮੁੰਦਰੀ, ਉਹ ਜਿਹੜੇ ਇਸੇ ਪਿੰਡ ਦੀ ਉਹਨਾਂ ਦੀ ਜੰਮਪਲ ਸੀ। ਅਸੀਂ ਅੱਜ ਉਹਨਾਂ ਦੇ ਪਿੰਡ ਉਸੇ ਜਗ੍ਹਾ 'ਤੇ ਖਲੋਤੇ ਹਾਂ। ਇਸ ਸਾਹਮਣੇ ਜਿਹੜੀ ਬਿਲਡਿੰਗ ਨਜ਼ਰ ਆ ਰਹੀ ਹੈ, ਉਹਦੇ ਵਿੱਚ ਜਦੋਂ ਇਹਨਾਂ ਦਾ ਪਰਿਆ ਪੰਚਾਇਤ ਦਾ ਹੁੰਦਾ ਸੀ ਸੈਟਅਪ, ਉਹਦੇ ਵਿੱਚ ਇੱਥੇ ਸਭ ਜੇਲ੍ਹ ਜਿਹੜੀ ਆ ਇਸ ਜਗ੍ਹਾ 'ਤੇ ਬਣਾਈ ਹੋਈ ਸੀ। ਅਸੀਂ ਉਸ ਜਗ੍ਹਾ 'ਤੇ ਖਲੋਤੇ ਹਾਂ। ਬਾਕੀ ਇਹਦੇ ਸਾਹਮਣੇ ਇਸ ਸਾਈਡ ਜਦੋਂ ਰਾਈਟ ਸਾਈਡ 'ਤੇ ਅਸੀਂ ਵੇਖਦੇ ਹਾਂ, ਰਾਈਟ ਸਾਈਡ 'ਤੇ ਗੁਰਦੁਆਰਾ ਸਾਹਿਬ, ਇੱਥੇ ਗੁਰਦੁਆਰਾ ਵੀ ਆਇਆ ਸੀਗਾ। ਆਹ ਗੁਰਦੁਆਰਾ, ਆਹ ਗੁਰਦੁਆਰਾ, ਇੱਕੋ ਹੀ ਗੁਰਦੁਆਰਾ। ਅਤੇ ਤੁਸੀਂ ਮਾਸਟਰ ਸਾਹਿਬ, ਤੇਜਾ ਸਿੰਘ ਬਾਰੇ ਜਿੰਨਾ ਕੁ ਤੁਹਾਨੂੰ ਯਾਦ ਹੈ ਉਹ ਦੱਸੋ। ਅਕਾਲੀ ਦਲ ਦੇ ਮੇਰੇ ਨਾਲ ਬਾਨੀ ਅਕਾਲੀ ਅਕਾਲੀ ਮੂਵਮੈਂਟ ਸੀ ਨਾ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਬਾਨੀ ਸੀ, ਅਤੇ ਅੰਮ੍ਰਿਤਸਰ ਵੀ ਇਹਨਾਂ ਨੇ ਬਣਾਇਆ, ਅੰਮ੍ਰਿਤਸਰ ਵੀ ਗੁਰਦੁਆਰਾ ਬਣਾਇਆ, ਸਕੂਲ ਵੀ ਬਣਾਇਆ ਗੁਰਦੁਆਰਾ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਬੈਕ ਸਾਈਡ 'ਤੇ ਇੱਕ ਹਾਲ ਇਹਨਾਂ ਨੇ ਬਣਾਇਆ, ਅਤੇ ਬਾਕੀ ਗੁਰਦੁਆਰਾ ਵੀ ਬਣਾਇਆ, ਬੜੇ ਮਸ਼ਹੂਰ ਰਹੇ ਆ। ਪਹਿਲੇ ਇਹਨਾਂ ਦੇ ਵਾਲਦ ਮਿਲਟਰੀ ਸੀਗੇ, ਉਹ ਮਿਲਟਰੀ ਸੀਗੇ, ਅਤੇ ਉਹਨਾਂ ਦੀ ਵਿਕਾਸ ਤੋਂ ਬਾਅਦ ਫਿਰ ਇਹ ਮਿਲਟਰੀ ਸ਼ਾਮਿਲ ਹੋ ਗਿਆ। 3 ਸਾਲ ਇਹਨਾਂ ਮਿਲਟਰੀ ਦੀ ਮਿਲਟਰੀ ਗੁਰਦੁਆਰਾ ਅਸ਼ੀਰਵਾਦ ਦੇ ਕੇ ਆ ਗਿਆ, ਫਿਰ ਆ ਕੇ ਇਸ ਤਰ੍ਹਾਂ ਦੀ ਸ਼ੁਰੂ ਕੀਤੀ। ਠੀਕ
ਹਾਂਜੀ ਪਹਿਲੀ ਸਹਾਫਤ ਉਹਨਾਂ ਨੇ ਕੀਤੀ ਸੀ ਸਾਡੇ ਪਿੰਡ ਦਾ ਪਹਿਲਾ ਸਹਾਫ ਹੀ ਉਹ ਸੀ ਉਹਨਾਂ ਨੇ ਅਖਬਾਰ ਵੀ ਕੱਢਿਆ ਸੀ ਖਾਲਸਾ ਡੇਲੀ ਅਕਾਲੀ ਉਤਾਰੀ ਹਾਂਜੀ ਅਕਾਲੀ ਦੇ ਨਾਲ ਅਕਾਲੀ ਦੇ ਨਾਲ ਇਹ ਸੁਣਿਆ ਸਾਹਮਣੇ ਆਇਆ ਪ੍ਰਾਇਮਰੀ ਸਕੂਲ ਜੀ ਨਾ ਮੈਨੂੰ ਇਸ ਵੇਲੇ ਮੈਨੂੰ ਨਹੀਂ ਪਤਾ ਉਹ ਮੇਰੇ ਕੋਲ ਮਾਲੂਮਾਤ ਆ ਗਈ ਤੁਹਾਨੂੰ ਕਿਤਾਬ ਦਿੰਦੇ ਹੋ ਦੇਖ ਲਓ ਕਿਤਾਬ ਮੰਗਾਇਓ ਜ਼ਰਾ 150 ਸਵਾ ਕਰ ਲੋਕ ਇਹ ਵੀ ਡੱਟੇ ਉਹਨਾਂ ਦੀ ਬਾਬਾ ਜੀ ਦੇ ਕੋਲੋਂ ਮਾਸਟਰ ਸਰੀਕ ਸਾਹਿਬ ਕੋਲ ਕਿਤਾਬ ਹੈ ਜੀ ਜਿਹਦੇ ਤੇਜਾ ਸਿੰਘ ਆਫ ਸਮੁੰਦਰੀ ਇਹਨਾਂ ਦਾ ਪੂਰਾ ਚੈਪਟਰ ਲਿਖਿਆ ਜਿਹਦੇ ਵਿੱਚ ਆ ਜੀ ਮਿਸਟਰ ਤੇਜਾ ਸਿੰਘ ਤੁਸੀਂ ਇਸ ਤਰ੍ਹਾਂ ਕਰੋ ਜਿਹਦੇ ਵਿੱਚ ਲਿਖਿਆ ਜੀ ਮਿਸਟਰ ਤੇਜਾ ਸਿੰਘ ਇੱਕ ਵਕਤ ਨੇ ਹਮਾ ਜਹਿਦ ਸ਼ਖਸੀਅਤ ਕੇ ਮਾਲਕ ਨਜ਼ਰ ਆਤੇ ਥੇ ਕਭੀ ਫੌਜ ਔਰ ਕਭੀ ਉਸਤਾਦ ਕਭੀ ਸਾਫੀ ਔਰ ਕਭੀ ਸਿੱਖ ਮਜ਼ਹਬ ਕੇ ਪਹਿਲੀ ਸਫ ਕੇ ਮੁਹਾਫਿਜ਼ ਤੇਜਾ ਸਿੰਘ 20 ਫਰਵਰੀ 1882 ਕੋ ਤੇਵਾ ਸਿੰਘ ਕੇ ਗਰ ਰਾਏ ਕੇ ਬੁਰਜ ਤਹਿਸੀਲ ਤਰਨ ਤਾਰਨ ਜ਼ਿਲ੍ਹਾ ਅੰਮ੍ਰਿਤਸਰ ਮੇਂ ਪੈਦਾ ਹੋਏ ਇਨਕਾ ਬਾਪ ਫੌਜੀ ਥਾ ਫੌਜ ਦੀ ਮਾਦਮੋ ਸੇ ਫਾਰਗ ਹੁਆ ਤੋ ਹਕੂਮਤ ਬਰਤਾਨੀਆ ਨੇ ਲਾਲਪੁਰ ਕੀ ਤਹਿਸੀਲ ਸਮੁੰਦਰੀ ਕੇ ਇੱਕ ਨਵਾਹੀ ਗਾਉਂ ਚੱਕ 140 ਗਾਫ ਦੇ ਜਿੱਥੇ ਅਸੀਂ ਹੁਣ ਬੈਠੇ ਹਾਂ ਇਸ ਪਿੰਡ ਦੇ ਵਿੱਚ ਅੰਗਰੇਜ਼ ਗੌਰਮੈਂਟ ਇਹਨਾਂ ਨੂੰ ਜ਼ਮੀਨ ਲਾ ਕਰਦੀ ਜਿਹਦੀ ਕਿ ਉਹਨੂੰ ਵਾਰ ਵੱਸੀ ਜਦੋਂ ਕਹਿੰਦੇ 1880 ਦੇ ਵਿੱਚ ਉਹਦੇ ਵਿੱਚ ਇੱਥੇ ਆ ਗਏ ਇਹਦੇ ਵਿੱਚ ਲਿਖਿਆ ਜੀ ਮਿਜ਼ਾਜ ਪੇਸ਼ੇ ਨਜ਼ਰ ਉਹ ਫੌਜ ਮੇਂ ਜ਼ਿਆਦਾ ਅਰਸਾ ਨਾ ਰਹਿ ਸਕੇ ਚੰਦ ਸਾਲ ਗੁਜ਼ਰ 3 ਸਾਲ ਗੁਜ਼ਰਨ ਤੋਂ ਬਾਅਦ ਆਪਣੇ ਗਾਉਂ ਵਾਪਸ ਆਪਣੇ ਪਿੰਡ ਆ ਗਏ 3 ਸਾਲ ਤੋਂ ਬਾਅਦ ਨਾ ਅਸਤੀਫਾ ਦੇ ਦਿੱਤਾ ਨੌਕਰੀ ਛੱਡ ਕੇ ਵਾਪਸ 140 ਗਾਫ 'ਤੇ ਆ ਗਏ ਯਹਾਂ ਪਰ ਇਸਨੇ ਇੱਕ ਪ੍ਰਾਈਵੇਟ ਸਕੂਲ ਬਣਾ ਲਿਆ ਜਿਸ ਕੀ ਵਜ੍ਹਾ ਸੇ ਉਹ ਮਾਸਟਰ ਤੇਜਾ ਸਿੰਘ ਕਹਿਲਾਣੇ ਲੱਗੇ ਇੱਥੇ ਨਾ ਇੱਕ ਪ੍ਰਾਈਵੇਟ ਸਕੂਲ ਬਣਾਇਆ ਸੀ ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਮਾਸਟਰ ਵੀ ਕਿਹਾ ਜਾਂਦਾ ਹੈ ਮਾਸਟਰ ਤੇਜਾ ਸਿੰਘ ਸਮੁੰਦਰੀ ਦਾ ਪਹਿਲਾ ਸਾਫੀ ਹੋਣੇ ਦਾ ਵਿਵਾਦ ਹੈ ਸਮੁੰਦਰੀ ਦਾ ਪਹਿਲਾ ਸਾਫੀ ਉਸ ਨੇ ਇਸਨੇ ਰੋਜ਼ਨਾਮਾ ਅਕਾਲੀ ਅਖਬਾਰ ਜਾਰੀ ਕੀਤਾ ਸਮੁੰਦਰੀ ਤੋਂ ਇਹਨਾਂ ਨੇ ਆਪਣਾ ਅਕਾਲੀ ਦੇ ਨਾਂ ਤੋਂ ਜਿਹੜਾ ਵਾ ਆਪਣਾ ਸ਼ੁਰੂ ਕੀਤਾ ਇੱਕ ਅਖਬਾਰ ਕੱਢਣਾ ਠੀਕ ਹੈ ਜੀ ਉਹਦੇ ਵਿੱਚ ਲਿਖਿਆ ਜੀ ਇਸਕੇ ਬਾਅਦ ਚੀਫ ਖਾਲਸਾ ਦੀਵਾਨ ਕਾ ਮੈਂਬਰ ਬਣਾ ਲਿਆ ਗਿਆ ਖਾਲਸਾ ਦੀਵਾਨ ਦਾ ਮੈਂਬਰ ਵੀ ਉਹਨਾਂ ਨੂੰ ਬਾਅਦ 'ਚ ਬਣਾ ਦਿੱਤਾ ਗਿਆ ਇਸਕੇ ਬਾਅਦ ਉਹ ਗੁਰਦੁਆਰਾ ਤਹਿਰੀਕ ਕਾਰਕੁਨ ਬਣਾ ਔਰ ਇਸ ਤਹਿਰੀਕ ਕੇ ਫਰੋਗ ਕੇ ਲਈ ਆਪਣੀ ਜਾਨ ਕੁਰਬਾਨ ਕੇ ਲਈ ਪੇਸ਼ ਕਰ ਦਿੱਤੀ ਉਹ ਸ਼੍ਰੋਮਣੀ ਗੁਰਦੁਆਰਾ ਕੇ ਬਾਨੀ ਪ੍ਰਬੰਧਕ ਕਮੇਟੀ ਕਾ ਵਾਈਸ ਪ੍ਰੈਜ਼ੀਡੈਂਟ ਬਣਾ ਜਬਕਿ ਇਨ ਦਿਨੋਂ ਉਹ ਪੰਜਾਬ ਕਾਂਗਰਸ ਕਮੇਟੀ ਕਾ ਵਾਈਸ ਪ੍ਰੈਜ਼ੀਡੈਂਟ ਸਾ ਜਬ ਹਕੂਮਤ ਬਰਤਾਨੀਆ ਨੇ ਗੋਲਡਨ ਟੈਂਪਲ ਅੰਮ੍ਰਿਤਸਰ ਆਪਣੀ ਤਫੀਲ ਮੇਂ ਲਿਆ ਤੋ ਸਿੱਖੋਂ ਨੇ ਬਹੁਤ ਇਹਤਜਾਜ ਕੀਆ ਜਿਸ ਕੇ ਨਤੀਜੇ ਮੇਂ ਵਹਾਂ ਪਰ ਏਕ ਅਲੱਗ ਗੁਰਦੁਆਰਾ ਤਹਿਰੀਕ ਸ਼ੁਰੂ ਹੋ ਗਈ ਜਿਸ ਮੇਂ ਮਾਸਟਰ ਤੇਜਾ ਸਿੰਘ ਔਰ ਅੰਮ੍ਰਿਤਸਰ ਬੁਲਾਇਆ ਗਿਆ ਔਰ ਸਿੱਖ ਤਹਿਰੀਕ ਕਾ ਲੀਡਰ ਬਣ ਗਿਆ ਜਿਸ ਪਰ ਇਸੇ ਅੰਮ੍ਰਿਤਸਰ ਮੇਂ ਗ੍ਰਿਫਤਾਰ ਕਰ ਲਿਆ ਗਿਆ 17 ਜੁਲਾਈ 1926 ਕੋ ਕੈਦੋਬੰਦ ਕੇ ਦੌਰਾਨ ਤਸ਼ੱਦਦ ਕੀ ਵਜ੍ਹਾ ਸੇ ਇਸਕੀ ਹਲਾਕਤ ਹੋ ਗਈ ਤੇਜਾ ਸਿੰਘ ਕੀ ਖਿਦਮਾਤ ਕੇ ਇਤਰਾਫ਼ ਮੇਂ ਇਸਕੀ ਯਾਦ ਮੇਂ ਅੰਮ੍ਰਿਤਸਰ ਮੇਂ ਏਕ ਹਾਲ ਬਣਾਇਆ ਗਿਆ ਜਿਸ ਪਰ ਆਜ ਵੀ ਵਾਜ਼ ਅਲਫਾਜ਼ ਮੇਂ ਕੁੰਦ ਹੈ ਤੇਜਾ ਸਿੰਘ ਆਫ ਸਮੁੰਦਰੀ ਹਾਲ ਇਹ ਗੋਲਡਨ ਟੈਂਪਲ ਤੁਸੀਂ ਜਾਂਦੇ ਹੋ ਤਾਂ ਉੱਥੇ ਅੱਜ ਵੀ ਉਹ ਜਿਹੜੀ ਜਗ੍ਹਾ ਉਹ ਮੌਜੂਦ ਆ ਜਿਹੜਾ ਹਾਲ ਉਹਨਾਂ ਦੇ ਨਾਂ ਤੋਂ ਬਣਾਇਆ ਗਿਆ ਵਾ 84 ਦੇ ਜਿਹੜੇ ਗੋਲਡਨ ਟੈਂਪਲ 'ਤੇ ਹਮਲਾ ਆਇਆ ਉੱਥੇ ਗੋਲੀਆਂ ਦੇ ਨਿਸ਼ਾਨਾਤ ਨੇ ਜਿਹੜੇ ਉਹ ਵੀ ਹਜੇ ਤੱਕ ਨਹੀਂ ਮਿਟਾਏ ਗਏ ਉਹਨੂੰ ਰੰਗ ਰੋਗਨ ਨਹੀਂ ਕੀਤਾ ਗਿਆ ਉਸ ਹਾਲਤ 'ਤੇ ਹਲੀ ਵੀ ਉਹ ਹਾਲ ਜਿਹੜਾ ਮੌਜੂਦ ਆ ਇਹ ਬਾਤ ਸਮੁੰਦਰੀ ਸ਼ਹਿਰ ਲਈ ਬਾਇਸ ਫਖਰ ਹੈ ਕਿ ਸਮੁੰਦਰੀ ਕਾ ਨਾਮ ਰੋਸ਼ਨ ਕਰਨ ਵਾਲਾ ਤੇਜਾ ਸਿੰਘ ਸਮੁੰਦਰੀ ਕਾ ਰਿਹਾਇਸ਼ੀ ਥਾ ਤੇਜਾ ਸਿੰਘ ਦੋਸਤੀ ਕਾ ਸਬੂਤ ਮੁਲਾਹਜ਼ਾ ਹੋ ਕਿ ਇਸਨੇ ਦੋ ਮਿਡਲ ਸਕੂਲ ਬਣਾਏ ਥੇ ਏਕ 140 ਗਾਹ ਵੀ ਔਰ ਦੂਸਰਾ ਅੰਮ੍ਰਿਤਸਰ ਤਹਿਸੀਲ ਤਰਨ ਤਾਰਨ ਦੇ Bye.
ਅਕਾਲੀ ਚ ਜਦੋਂ ਆਏ ਉੱਥੋਂ ਆਏ ਸੀ ਨਾਸਰ ਭਾਈ 26 ਸਾਲ ਦੇ ਸੀ ਜਦੋਂ 47 ਚ ਆਏ ਤੇ ਆਪਣਾ ਜਦੋਂ ਆਏ ਸੀ ਕੀ ਹਾਲਾਤ ਹਰਨਾਮ ਸਿੰਘ ਉਹ ਵੀ ਟਾਂਡੇ ਦਾ ਯਾਰ ਟਾਂਡਾ ਬਹੁਤ ਵੱਡਾ ਪਹਿਲਾਂ ਉਹਨਾਂ ਦੇ ਜੋ ਉੱਥੇ ਨਾ ਪਰਿਵਾਰ ਤਗੜਾ ਸੀ ਯਾਰ ਫੌਜੀ ਬਹੁਤ ਸੀ ਕਿਵੇਂ ਲੋਕ ਸੀ ਉਹ ਸ਼ਲਾਕੇ ਉਹ ਉਹਨਾਂ ਦੇ ਨਾਲ ਉੱਥੇ ਦਾ ਜਿੱਦਾਂ ਉਹ ਕੋਈ ਜਗ੍ਹਾ ਦਾਖਲ ਹੋ ਕੇ ਨਾ ਇ
ਬਾਈ ਦੱਸਦੇ ਕਿ ਸ਼ਰਪ ਸਿੰਘ ਦੇ ਨਾਸਰ ਸਨ ਜਿਹੜੇ ਨਾ ਜਿਹੜੇ ਲੜਾਈ ਕਰਾਉਣਾ ਚਾਹੁੰਦੇ ਸੀ ਅਤੇ ਉਹਨਾਂ ਦਾ ਕੀਤਾ ਧਰਿਆ ਸਾਰਾ ਵੀ ਉਹ ਲੋਕ ਮਾੜੇ ਨਹੀਂ ਸੀ ਬਾਬਾ ਜੀ ਟਾਈਮ ਮਾੜਾ ਸੀ ਬਾਕੀ ਉਹ ਜਿਹੜੇ ਹੁਣ ਤੱਕ ਹੁਣ ਵੀ ਜਿਹੜੀ ਨਫ਼ਰਤ ਆ ਸਾਰਿਆਂ ਦੇ ਇੱਕ ਦੂਜੇ ਦੇ ਦਿਲਾਂ 'ਚ ਉਹਨੂੰ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਸ਼ਾਇਰਾਂ ਦਾ ਵੀ ਤੂੰ ਕਿਉਂ ਢਾਵੇਂ ਮਸਜਿਦ ਮੇਰੀ ਤੂੰ ਕਿਉਂ ਢਾਵੇਂ ਮਸਜਿਦ ਮੇਰੀ ਮੈਂ ਕਿਉਂ ਢਾਵਾਂ ਤੂੰ ਕਿਉਂ ਢਾਵੇਂ ਮਸਜਿਦ ਮੇਰੀ ਮੈਂ ਕਿਉਂ ਢਾਵਾਂ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਹੁਣ ਅਸੀਂ ਵੀ ਇੱਕ ਦੂਜੇ ਦੇ ਅੰਦਰ ਨੂੰ ਪੜ੍ਹ ਲਈਏ ਅਤੇ ਪਿਆਰ ਜਿਹੜਾ ਇਹਨੂੰ ਇੱਕ ਦੂਜੇ ਨੂੰ ਇਕੱਠਾ ਕਰ ਲਈਏ ਪਿਆਰ ਨਾਲ ਰਹੀਏ ਅਤੇ ਹੁਣ ਵੀ ਬਾਰਡਰ ਦੀ ਲੀਕ ਤਾਂ ਨਹੀਂ ਮਿਲ ਸਕਦੀ ਲੇਕਿਨ ਦਿਲ ਤਾਂ ਮਿਲ ਸਕਦੇ ਆਉਣ ਜਾਣ ਇੱਕ ਦੂਜੇ ਦਾ ਜਿਹੜਾ ਲੱਗ ਸਕਦਾ ਹਾਂਜੀ ਬਾਬਾ ਜੀ ਨੂੰ ਪਤਾ ਲੱਗਾ ਪਿੰਡ ਦੇ ਸਾਨੂੰ ਮਿਲਣਾ ਬਾਬਾ ਜੀ ਨੂੰ ਪਤਾ ਲੱਗਾ ਜੀ ਪਿੰਡ ਦੀ ਦੂਜੀ ਨੂੰ ਕਹਿੰਦਾ ਬਾਬਾ ਜੀ ਸਾਨੂੰ ਮਿਲਣਾ ਗੇ